ਜਦ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਵਾਹਿਗੁਰੂ ਸੁਣਦਾ ਹੈ। ਇਨਫੈਕਟ ਅਸਲ ਵਿੱਚ ਸਾਡੇ ਤਨ ਵਿੱਚ ਬੈਠ ਕੇ ਉਹ ਨਾਮ ਸੁਣਦਾ ਹੈ ਤੇ ਕਰਤਾ ਹੁੰਦਾ ਹੈ। ਸਹਿਜ ਵਿੱਚ ਹੋਵੇ ਆਪ ਹੀ ਨਾਮ ਹੁੰਦਾ ਹੈ ਤੇ ਫਿਰ ਹੌਲੀ ਹੌਲੀ ਆਪਣਾ ਆਪਾ ਸਾਡੇ ਵਿੱਚ ਘੋਲ ਕੇ ਸਾਨੂੰ ਵੀ ਨਾਮੀ ਬਣਾ ਦਿੰਦਾ ਹੈ। ਸਤਿਗੁਰੂ ਨਾਨਕ ਦੇਵ ਜੀ ਜਦ ਤੇਰਾ ਤੇਰਾ ਕਹਿੰਦੇ ਹਨ ਤਾਂ ਵਾਹਿਗੁਰੂ ਅੱਗੋਂ ਉੱਤਰ ਦਿੰਦਾ ਹੈ, ਤੂੰ ਮੇਰਾ ਤੂੰ ਮੇਰਾ ਤੂੰ ਮੇਰਾ। ਸਿਮਰਨ ਦੇ ਮਾਰਗ ਵਿੱਚ ਤਰੱਕੀ ਦੀ ਨਿਸ਼ਾਨੀ ਇਹੀ ਹੈ ਕਿ ਹਿਰਦੇ ਵਿੱਚ ਇੱਕ ਨੁਕਤਾ ਤੇ ਠੰਡ ਮਾਲੂਮ ਹੋਵੇ। ਇੱਕ ਵੇਰ ਵਾਹਿਗੁਰੂ ਕਹਿ ਕੇ ਫਿਰ ਦੂਸਰੀ ਵਾਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਤੇ ਕਾਮ ਕ੍ਰੋਧ ਲੋਭ ਮੋਹ ਆਦਿ ਜੋ ਦੁਖਦਾਈ ਵਿਕਾਰ ਹਨ ਦਿਨ ਬ ਦਿਨ ਘਟਦੇ ਜਾਣ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਅਵਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਪਰਿਵਰਤਨਸ਼ੀਲ ਜਾਂ ਬਿਨਸਨਹਾਰ ਚੀਜ਼ ਨਾਲ ਨਿਹੋ ਲਾਓਗੇ ਤਾਂ ਜਦ ਉਹ ਬਿਨਸੇਗੀ ਦੁੱਖ ਹੋਏਗਾ। ਵਾਹਿਗੁਰੂ ਅਵਨਾਸੀ ਹੈ, ਸਦਾ ਰਹਿਣ ਵਾਲਾ ਹੈ। ਉਸ ਨਾਲ ਪਿਆਰ ਪਾਉਣ ਨਾਲ ਹੀ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦੀ ਕੋਈ ਸ਼ਕਲ, ਕੋਈ ਆਕਾਰ, ਕੋਈ ਰੂਪ, ਕੋਈ ਗੰਧ, ਕੋਈ ਨਿਸ਼ਾਨੀ ਨਹੀਂ ਹੈ। ਫਿਰ ਉਸ ਨਾਲ ਕਿਵੇਂ ਪਿਆਰ ਪਵੇ? ਭਾਈ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸ ਨਾਲ ਪਿਆਰ ਕਰਨਾ ਹੈ, ਉਸ ਨੂੰ ਚੇਤੇ 'ਚ ਰੱਖਣਾ ਹੀ ਪਿਆਰ ਹੈ, ਉਸ ਦੇ ਭੈ ਵਿੱਚ ਰਹਿਣਾ ਹੀ ਪਿਆਰ ਹੈ। ਵਾਹਿਗੁਰੂ ਦਾ ਸਿਮਰਨ ਹੀ ਵਾਹਿਗੁਰੂ ਹੈ। ਇਸ ਯਾਦ ਵਿੱਚ ਕਦੇ ਰਸ ਆ ਜਾਂਦਾ ਹੈ, ਕਦੇ ਮਨ ਉਚਾਟ ਵੀ ਹੋ ਜਾਂਦਾ ਹੈ। ਇਸ ਲਈ ਮਨ ਨੂੰ ਬੰਨ ਕੇ ਰੱਖੋ, ਪਰ ਸਿਮਰਨ ਹਮੇਸ਼ਾ ਜਾਰੀ ਰੱਖਣਾ, ਚਾਹੇ ਸਵਾਦ ਆਵੇ ਚਾਹੇ ਨਾ ਆਵੇ। ਜੇ ਕਦੀ ਬਿਜਲੀ ਦੀ ਬੱਤੀ ਵਿਚਕਾਰੋਂ ਕਿਤੇ ਟੁੱਟ ਗਈ ਹੋਵੇ ਤੇ ਬਿਜਲੀ ਦੀ ਰੋਸ਼ਨੀ ਤੇ ਨਹੀਂ ਨਾ ਆਵੇਗੀ, ਪਰ ਜੇ ਕਨੈਕਸ਼ਨ ਕਾਇਮ ਰੱਖੀਏ ਤਾਂ ਰੋਸ਼ਨੀ ਆਉਂਦੀ ਰਹਿੰਦੀ ਹੈ। ਜੇ ਕਨੈਕਸ਼ਨ ਹੀ ਨਾ ਰਵੇ ਤਾਂ ਬਿਜਲੀ ਨੇ ਕਿਵੇਂ ਆਉਣਾ ਹੋਇਆ? ਪਿੱਛੇ ਕਰੰਟ ਵੀ ਹੈ, ਅੱਗੇ ਬਲਬ ਵੀ ਠੀਕ ਹੈ, ਪਰ ਕਨੈਕਸ਼ਨ ਠੀਕ ਨਹੀਂ ਹੈ। ਤਾਂ ਸਾਡਾ ਕਨੈਕਸ਼ਨ ਹੋਣਾ, ਧਿਆਨ ਹੋਣਾ, ਇਹ ਬਹੁਤ ਜ਼ਰੂਰੀ ਹੈ ਅਤੇ ਸਿਮਰ ਦੇ ਨਾਲ ਵਾਹਿਗੁਰੂ ਨਾਲ ਸਾਡਾ ਕਨੈਕਸ਼ਨ ਜੁੜ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਤ ਨਹੀਂ ਕਿ ਅਸੀਂ ਆਤਮਾ ਵਿੱਚ ਸੁਰਤ ਲਾ ਕੇ ਸਮਾਧੀ ਲਾਈ ਰੱਖੀਏ, ਨਾ ਹੀ ਇਹ ਕਿ ਆਤਮਾ ਨੂੰ ਭੁਲਾ ਕੇ ਭੋਗਾਂ 'ਤੇ ਜ਼ੋਰ ਜ਼ਬਰ ਦਾ ਜੀਵਨ ਬਿਤਾਈਏ। ਮੱਛੀ ਜਿਸ ਤਰ੍ਹਾਂ ਪਾਣੀ ਵਿੱਚ ਸਹਿਜੀ ਰਹਿੰਦੀ ਹੈ, ਇਸ ਤਰ੍ਹਾਂ ਅਸਾਂ ਨੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਸਹਿਜ ਅਵਸਥਾ ਵਿੱਚ ਰਹਿਣਾ ਹੈ। ਬ੍ਰਹਮ ਗਿਆਨੀ ਵਿੱਚ ਪਰ ਉਪਕਾਰ ਦਾ ਉਮਾਹਾ ਹੁੰਦਾ ਹੈ। ਸਾਈਂ ਦੀ ਪ੍ਰਾਪਤੀ ਹੋ ਜਾਣ ਦੇ ਬਾਅਦ ਵੀ ਦੇਹ ਤੋਂ ਤਾਂ ਕੋਈ ਕੰਮ ਲੈਣਾ ਹੀ ਹੈ ਨਾ, ਇਸ ਲਈ ਸੇਵਾ ਸਿਮਰਨ ਵਿੱਚ ਇਸ ਨੂੰ ਲਾ ਦਿਓ। ਇਸ ਤਰ੍ਹਾਂ ਇਹ ਤਨ ਵੀ ਸਫਲ ਹੁੰਦਾ ਹੈ ਅਤੇ ਮਨ ਵੀ ਸਫਲਤਾ ਪ੍ਰਾਪਤ ਕਰਦਾ ਹੈ। ਬ੍ਰਹਮ ਗਿਆਨੀ ਮੁਕਤੀ ਵਾਸਤੇ ਸੇਵਾ ਨਹੀਂ ਕਰਦਾ, ਉਹ ਤਾਂ ਇਸ ਨੂੰ ਪ੍ਰਾਪਤੀ ਹੁੰਦੀ ਹੈ, ਉਹ ਸੇਵਾ ਦੇਹ ਨੂੰ ਸਫਲ ਕਰਨ ਵਾਸਤੇ ਕਰਦਾ ਹੈ। ਨਾਮ ਨਾਲ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਤੀਤੀ ਵਿੱਚ ਸੁਰਤ ਨੂੰ ਉੱਚੀ ਉਪਾਧੀ ਪ੍ਰਾਪਤ ਹੋ ਜਾਂਦੀ, ਇਹ ਮਹਿਸੂਸ ਹੁੰਦਾ। ਨਾਮ ਵਾਜੋਂ ਵਡੱਪਣ ਜਿਹੜਾ ਹੈ ਇਹ ਅਹੰਕਾਰ ਹੈ। ਸਿੱਖਾਂ ਦਾ ਧਰਮ ਵਿਅਕਤੀਗਤ ਨਹੀਂ ਹੈ, ਇਹ ਸੰਗਤੀ ਹੈ, ਭਾਈਚਾਰਕ ਹੈ। ਜੇ ਪਿੰਡ ਵਿੱਚ ਪਲੇਗ ਪਈ ਹੋਵੇ ਤੇ ਆਦਮੀ ਸਿਰਫ ਆਪਣੇ ਘਰ ਦੀ ਸਫਾਈ ਨਾਲ ਨਹੀਂ ਬਚ ਸਕਦਾ, ਉਸ ਨੂੰ ਸਾਰੇ ਪਿੰਡ ਦੀ ਸਫਾਈ ਤੇ ਮੁਹੱਲੇ ਦੀ ਸਫਾਈ ਵਿੱਚ ਵੀ ਹਿੱਸੇਦਾਰ ਬਣਨਾ ਪੈਂਦਾ ਹੈ। ਤਾਂ ਜੇ ਨਗਰ ਮੁਹੱਲਾ ਸਾਫ ਹੋਏਗਾ ਤੇ ਸਾਡੇ ਘਰ ਦੀ ਸਫਾਈ ਵੀ ਕੰਮ ਆਏਗੀ। ਆਮ ਕਰਕੇ ਰੂਹ ਦਾ ਪ੍ਰਕਿਰਤੀ ਵੱਲ ਝੁਕਾਓ ਹੁੰਦਾ ਹੈ, ਇਸ ਨੂੰ ਉਧਰੋਂ ਹਟਾ ਕੇ ਆਤਮਾ ਵੱਲ ਲਾਉਣਾ ਹੈ। ਅਸਾਂ ਕੰਮ ਚੰਗੇ ਕਰਨੇ ਤੇ ਨਾਮ ਜਪਣਾ ਹੈ,
ਚੰਗੇ ਕੰਮ ਸਾਨੂੰ ਲਾਹੇ ਵੱਲ ਜਾਂਦੇ ਹਨ ਅਤੇ ਬੁਰੇ ਕੰਮੋਂ ਰੋਕਦੇ ਹਨ। ਲਾਹੇ ਦੇ ਕੰਮਾਂ ਬਗੈਰ ਰੂਹ ਨੰਗੀ ਰਹਿੰਦੀ ਹੈ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਲਵਾਰ ਨਾਲ ਮਾਰਨਾ ਨਹੀਂ ਸਿਖਾਇਆ, ਮਰਨਾ ਸਿਖਾਇਆ। ਤੁਸੀਂ ਆਪਣਾ ਇਤਿਹਾਸ ਜੋ ਥੋੜ੍ਹਾ ਚਿਰ ਪਹਿਲਾਂ ਸਾਡੇ ਸਾਹਮਣੇ, ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਕਿ ਪਾਕਿਸਤਾਨ ਵਿੱਚ ਸਾਡੀਆਂ ਬਹੁਤ ਸਾਰੀਆਂ ਭੈਣਾਂ, ਬੀਬੀਆਂ, ਬੱਚੀਆਂ ਉੱਧਰ ਰਹਿ ਗਈਆਂ। ਉਹਨਾਂ ਨੇ ਆਪਣੀ ਇੱਜ਼ਤ ਪੱਤ ਨੂੰ ਸਾਂਭਣ ਲਈ ਕਿਧਰੇ ਖੂਹਾਂ ਵਿੱਚ ਡਿੱਗ ਕੇ, ਕਿਧਰੇ ਆਪਣੇ ਆਪ ਨੂੰ ਕਟਾਰਾ ਮਾਰ ਕੇ ਜੀਵਨ ਤੇ ਖਤਮ ਕਰ ਲਿਆ। ਪਰ ਆਪਣੀ ਇੱਜ਼ਤ ਬੇਹੁਰਮਤੀ ਨੂੰ ਦਾਗ ਨਹੀਂ ਲੱਗਣ ਦਿੱਤਾ। ਬਹੁਤ ਕਠਿਨ ਹੈ। ਤੇ ਇਧਰੋਂ ਜਿਹੜੀ ਮੁਸਲਮਾਨ ਇਸਤਰੀਆਂ, ਅਸੀਂ ਕੋਈ ਇਹੋ ਜਿਹੀ ਵਾਰਤਾ ਨਹੀਂ ਸੁਣੀ ਕਿ ਉਹਨਾਂ ਵਿੱਚੋਂ ਕਿਸੇ ਨੇ ਆਪਣਾ ਸੱਤ, ਆਪਣੀ ਪੱਤ ਬਚਾਉਣ ਲਈ ਆਪਣੀ ਜਿੰਦ ਵਾਰੀ ਹੋਵੇ। ਸਗੋਂ ਜਦ ਉਹਨਾਂ ਨੂੰ ਸਾਡੀ ਸਰਕਾਰ ਪਾਕਿਸਤਾਨ ਭੇਜਣਾ ਚਾਹੁੰਦੀ ਸੀ, ਜਿੱਥੇ ਉਹਨਾਂ ਦੇ ਘਰ ਵਾਲੇ ਚਲੇ ਗਏ ਸਨ, ਤਾਂ ਇਹ ਕਹਿੰਦੀਆਂ ਸਨ ਕਿ ਅਸੀਂ ਉੱਧਰ ਨਹੀਂ ਜਾਣਾ, ਅਸੀਂ ਇੱਧਰ ਰਹਿਣਾ। ਸਿੱਖ ਸੂਰਬੀਰ ਤ੍ਰੇਮਤਾਂ ਜਿਹੜੀਆਂ ਇੰਝ ਸ਼ਹੀਦ ਹੋ ਗਈਆਂ, ਉਹਨਾਂ ਦਾ ਮੁਕਾਬਲਾ ਕਰੋ ਉਹਨਾਂ ਨਾਲ ਜਿਨ੍ਹਾਂ ਸੈਂਕੜਿਆਂ ਮੁਗਲ ਜਰਵਾਣੇ ਫੜ ਕੇ ਗਜਨੀ ਲੈ ਗਏ। ਇਹ ਫਰਕ ਆਦਰਸ਼ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਦਾ ਕੀਤਾ ਕਿ ਆਪ ਆਪਣੀ ਇੱਜ਼ਤ ਨੂੰ ਬਚਾਓ ਅਤੇ ਦੂਜਿਆਂ ਦੀ ਇੱਜ਼ਤ ਦੀ ਰਾਖੀ ਕਰੋ, ਮਜ਼ਲੂਮ ਦੀ, ਅਬਲਾ ਦੀ ਅਤੇ ਸਵੈ ਦੀ ਰੱਖਿਆ ਕਰਨੀ। ਸ੍ਰੀ ਜਪਜੀ ਸਾਹਿਬ ਵਿੱਚ ਵਰਣਨ ਕੀਤੇ ਖੰਡ ਆਤਮਕ ਮੰਡਲ ਹਨ। ਵਾਹਿਗੁਰੂ ਸਾਡੇ ਅੰਦਰ ਹੈ, ਬਾਹਰ ਵੀ ਹੈ ਅਤੇ ਆਤਮਕ ਮੰਡਲ ਸੱਚਖੰਡ ਵਿੱਚ ਵੀ ਹੈ। ਉਸ ਨੂੰ ਆਸਾਨੀ ਨਾਲ ਅਸੀਂ ਆਪਣੇ ਅੰਦਰ ਹੀ ਮਿਲ ਸਕਦੇ ਹਾਂ। ਮਿਲਣਾ ਕੀ ਹੈ? ਉਹ ਤਾਂ ਅੰਦਰ ਹੀ ਹੈ। ਸਿਰਫ ਸਿਮਰਨ ਨਾਲ ਇਹ ਯਾਦ ਰੱਖਣਾ ਹੈ ਕਿ ਉਹ ਅੰਗ ਸੰਗ ਹੈ। ਜਿਵੇਂ ਕਿਸੇ ਵੱਡੇ ਭਾਂਡੇ ਵਿੱਚ ਪਾਣੀ ਭਰਿਆ ਹੋਵੇ ਅਤੇ ਉਸ ਵਿੱਚ ਇੱਕ ਛੋਟਾ ਹੋਰ ਭਾਂਡਾ ਪਾਣੀ ਦਾ ਭਰ ਕੇ ਰੱਖ ਦਈਏ, ਸਾਨੂੰ ਤਾਂ ਭੁਲੇਖਾ ਲੱਗਦਾ ਹੈ ਨਾ ਕਿ ਭਾਂਡਾ ਪਾਣੀ ਵਿੱਚ ਹੈ ਕਿ ਪਾਣੀ ਭਾਂਡੇ ਵਿੱਚ ਹੈ। ਬਸ ਇਸੇ ਤਰ੍ਹਾਂ ਹੀ ਅਸੀਂ ਉਹਦੀ ਵਡਿਆਈ ਦੇ ਵਿੱਚ ਇੱਕ ਛੋਟਾ ਜਿਹਾ ਬਿੰਬ ਹਾਂ। ਪਰਮਾਤਮਾ ਸਾਡੇ ਅੰਦਰ ਹੈ, ਅਸੀਂ ਪਰਮਾਤਮਾ ਦੇ ਅੰਦਰ ਹਾਂ। ਵਾਹਿਗੁਰੂ ਜਦ ਵੇਖਦਾ ਹੈ ਕਿ ਖਲਕਤ ਦੁਖਦੀ ਹੈ, ਤਾਂ ਕਿਸੇ ਮਹਾਂਪੁਰਸ਼ ਨੂੰ ਕਦੇ ਸ੍ਰੀ ਕ੍ਰਿਸ਼ਨ ਦੇ ਰੂਪ ਵਿੱਚ, ਕਦੇ ਰਾਮ ਜੀ ਦੇ ਰੂਪ ਵਿੱਚ ਸੰਸਾਰ ਨੂੰ ਸਮੱਤ ਦੇਣ ਵਾਸਤੇ ਭੇਜ ਦਿੰਦਾ ਹੈ। ਇਹਨਾਂ ਨੂੰ ਨਿਰੰਕਾਰ ਅਕਾਲ ਪੁਰਖ ਦੀ ਸਿੱਖਿਆ ਦੇਣ ਦਾ ਬਿਰਧ ਆਪ ਸਤਿਗੁਰੂ ਨਾਨਕ ਬਖਸ਼ਿਸ਼ ਕਰਦਾ ਅਤੇ ਭੇਜਦਾ ਹੈ। ਅਤੇ ਕਲਯੁੱਗ ਵਿੱਚ ਜ਼ਿਆਦਾ ਹਾਲਤ ਖਰਾਬ ਹੋਣ ਕਰਕੇ ਆਪ ਆ ਗਿਆ ਅਤੇ ਸ਼ਬਦ ਰੂਪ ਹੋ ਕੇ ਸਾਡੇ ਹਿਰਦਿਆਂ ਵਿੱਚ ਟਿਕ ਗਿਆ, ਸੰਸਾਰ ਵਿੱਚ ਟਿਕ ਗਿਆ। ਉਹ ਗਿਆ ਨਹੀਂ ਕਿਧਰੇ, ਨਾਨਕ ਸ਼ਬਦ ਹੋ ਗਿਆ। ਵਾਹਿਗੁਰੂ ਜੀ ਦੇ ਤਿੰਨ ਬਿਰਧ ਹਨ, ਪੈਦਾ ਕਰਨਾ, ਫਿਰ ਉਸਨੂੰ ਪਾਲਣਾ ਅਤੇ ਫਿਰ ਉਸਨੂੰ ਸੰਸਾਰ ਦੇ ਵਿੱਚ ਵਿਚਰਨ ਲਈ ਸਿੱਖਿਆਦਾਇਕ ਬਣਾਉਣਾ, ਸਿੱਖਿਆਰਥੀ ਬਣਾਉਣਾ। ਸਿੱਖਿਆ ਦੇਣ ਵਾਲਾ ਬਿਰਧ ਆਪ ਗੁਰੂ ਨਾਨਕ ਹੈ। ਜੇ ਅਸੀਂ ਵਕਤ ਦੇ ਵਿਹਲੇ ਹਿੱਸੇ ਨੂੰ, ਵਕਤ ਦੀਆਂ ਵਿਰਲਾਂ ਨੂੰ, ਵੇਕੈਂਟ ਇੰਟਰਵਲਸ ਆਫ ਟਾਈਮ, ਇਹਨਾਂ ਨੂੰ ਨਾਮ ਜਪ ਜਪ ਕੇ ਸਫਲ ਕਰੀਏ ਤੇ ਫਿਰ ਸ਼ਾਮ ਨੂੰ, ਰਾਤ ਨੂੰ ਸੌਣ ਲੱਗਿਆ ਇਹਨਾਂ ਦਾ ਲੇਖਾ ਜੋਖਾ ਕਰੋਗੇ ਨਾ ਤੇ ਵੇਖਾਂਗੇ ਕਈ ਘੰਟਿਆਂ ਦਾ ਨਾਮ ਸਿਮਰਨ ਸਾਡੇ ਕੋਲ ਇਕੱਠਾ ਹੋ ਜਾਏਗਾ। ਇੰਜ ਸਵਾਰਨਾ ਹੈ ਆਪਣਾ ਆਪਾ, ਇੰਜ ਸਵਾਰਨਾ ਹੈ ਵਿਹਲਾ ਵਕਤ, ਉਸਨੂੰ ਉਪਯੋਗੀ ਬਣਾਉਣਾ ਹੈ।